ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪ੍ਰਪੋਜ਼ਲ ਤਿਆਰ ਕਰਕੇ ਇੱਕ ਫਾਈਲ ਭੇਜੀ ਗਈ ਸੀ ਜਿਸ ਨੂੰ ਨਿਤਿਨ ਗਡਕਰੀ ਨੇ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ, ਅੰਮ੍ਰਿਤਸਰ ਤੋਂ ਉਨਾ ਲਈ ਫੋਰ ਲਾਈਨ ਬਾਇਆ ਘੁਮਾਣ ਟਾਂਡਾ ਹੁਸ਼ਿਆਰਪੁਰ ਜੋ ਕਿ 122 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਫਗਵਾੜਾ ਤੋਂ ਹੁਸ਼ਿਆਰਪੁਰ ਅਤੇ ਫਗਵਾੜਾ ਤੋਂ ਨਕੋਦਰ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਮਿਲ ਗਈ ਹੈ ਅਤੇ ਇਹਨਾਂ ਸੜਕਾਂ ਦੀ ਚੌੜਾਈ 33 ਫੁੱਟ ਹੋਵੇਗੀ। ਮੈਂ ਜਿਵੇਂ ਪਿਛਲੇ ਵਿੱਚ ਤੁਹਾਨੂੰ ਦੱਸ ਕੇ ਗਿਆ ਕਿ ਜਿਹੜੀਆਂ ਸਾਡੀਆਂ ਸੜਕਾਂ ਨੂੰ ਚੱਲਦੀਆਂ ਸੀ, ਇੱਕ ਜਿਹੜੀ ਅੰਮ੍ਰਿਤਸਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ, ਅੱਜ ਅਖਬਾਰਾਂ ਨੇ ਵੀ ਕਿਹਾ ਕਿ ਕੀ ਹੋਰ ਤੁਹਾਨੂੰ ਪਹਿਲਾਂ ਸੀ ਅਪਰੂਵ ਹੋ ਗਈ ਹੈ, ਅੰਮ੍ਰਿਤਸਰ ਤੋਂ ਘੁਮਾਣ, ਘੁਮਾਣ ਤੋਂ ਟਾਂਡਾ, ਟਾਂਡੇ ਤੋਂ ਹੁਸ਼ਿਆਰਪੁਰ, ਹੁਸ਼ਿਆਰਪੁਰ ਤੋਂ ਉਨਾ 122 ਕਿਲੋਮੀਟਰ ਸੜਕ ਹੈ, ਇਹ ਫੋਰ ਲੇਨ ਹੁੰਦਾ ਹੈ। ਇਸ ਤਰ੍ਹਾਂ ਦੋ ਹੋਰ ਜਿਹੜੀਆਂ ਸੜਕਾਂ ਸਾਡੀਆਂ ਹੈ, ਇੱਕ ਫਗਵਾੜਾ ਤੋਂ ਹੁਸ਼ਿਆਰਪੁਰ, ਇਹ ਸਾਡੇ ਐਗਜੈਕਟ ਲਾਈਨਿੰਗ ਹਲੇ ਨਹੀਂ ਬਣ ਸਕੀ, ਇਸ ਕਰਕੇ ਉਹ ਇਤਨੀ ਅਪਰੂਵ ਹੋ ਗਈ ਹੈ ਪ੍ਰਿੰਸੀਪਲ ਨੇ, ਇਹ ਸੜਕ ਬਣਨੀ ਹੈ। ਇੱਦਾਂ ਇੱਕ ਹੋਰ ਸੀ ਜਿਹੜਾ ਸਾਡੇ ਜਾਂਦੇ ਹੋਣੇ ਉੱਧਰ ਨਕੋਦਰ ਨੂੰ ਜਾਈਏ ਫਗਵਾੜੇ ਤੋਂ, ਉਹ ਸੜਕ ਬਹੁਤ ਟੁੱਟੀ ਹੋਈ ਹੈ, ਉਹ ਵੀ 33 ਫੁੱਟ ਚੌੜੀ ਕਰਨ ਦੀ ਉਹਦੀ ਮਨਜ਼ੂਰੀ ਆ ਗਈ ਹੈ। ਇਹਨਾਂ ਵੀ ਤਕਰੀਬਨ ਜੋ ਕੱਲ੍ਹ ਰਵੀਵਾਰ ਦੇ ਉੱਤਰ ਮੀਟਿੰਗ ਕੀਤੀ ਹੈ, 1000 ਕਿਲੋਮੀਟਰ ਸੜਕਾਂ ਸੀ ਜਿਹੜੀਆਂ ਉਹ ਸਾਰੇ ਪੰਜਾਬ 'ਚ ਉਹਨਾਂ ਨੇ ਅਪਰੂਵ ਕੀਤੀਆਂ। ਇਹ ਤੋਂ ਇਹਨਾਂ ਹੋਰ ਵੀ ਹਲੇ ਪਾਈਪਲਾਈਨ 'ਚ ਹੋਰ ਵੀ ਕੋਈ ਪ੍ਰੋਜੈਕਟ ਹੈਗੇ ਨੇ। ਸਾਨੂੰ ਇਸ ਗੱਲੋਂ ਦਾ ਖੁਸ਼ੀ ਹੈ, ਜਿਹੜੇ ਵੀ ਪ੍ਰੋਜੈਕਟ ਕਦੇ ਵੀ ਅਸੀਂ ਗਡਕਰੀ ਸਾਹਿਬ ਕੋਲ ਲੈ ਕੇ ਗਏ ਹਾਂ, ਪੰਜਾਬ ਦੇ ਸਾਰੇ ਉਹਨਾਂ ਨੇ ਅਪਰੂਵ ਕੀਤੇ ਨੇ। ਬਹੁਤ ਵੱਡੇ ਪੰਜਾਬ ਦੇ ਉਹਨਾਂ ਨੇ, ਇਸ ਜਦੋਂ ਵੀ ਕੋਈ ਅੱਗੇ ਜਾਈਏ ਬਿਨਾਂ ਝਿਜਕਾਟ ਤੋਂ ਸਾਡੇ ਕੰਮ ਅਪਰੂਵ ਕਰ ਦਿੰਦੇ ਨੇ। ਔਰ ਬਹੁਤ ਪੰਜਾਬ ਦਾ ਕਾਫੀ ਨਕਸ਼ਾ ਬਦਲ ਗਿਆ, ਔਰ ਇਹਦੇ ਨਾਲ ਤਾਂ ਬਹੁਤ ਹੋਰ ਜਿਹੜੀਆਂ ਹੁਣ ਸੜਕਾਂ ਅਪਰੂਵ ਕੀਤੀਆਂ, ਬਹੁਤ ਵਧੀਆ ਹੋਇਆ। ਇਸ ਤੋਂ ਇਲਾਵਾ ਸੋਮ ਪ੍ਰਕਾਸ਼ ਨੇ ਪੰਜਾਬ ਸਰਕਾਰ ਤੇ ਭੜਾਸ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਘੁਟਾਲਿਆਂ ਦੀ ਸਰਕਾਰ ਹੈ ਤੇ ਇਸ ਸਰਕਾਰ ਦੇ ਰਾਜ ਵਿੱਚ ਇੱਕ ਘੁਟਾਲਾ ਬੰਦ ਨਹੀਂ ਹੁੰਦਾ ਤੇ ਦੂਸਰਾ ਸ਼ੁਰੂ ਹੋ ਜਾਂਦਾ ਹੈ, ਜਿਸ ਦੀ ਤਾਜ਼ਾ ਮਿਸਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਘੁਟਾਲਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ ਹੀ ਇਸ ਮੰਤਰੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਪੰਜਾਬ ਸਰਕਾਰ ਦਾ ਹਾਲ ਤਾਂ ਕਬਲੇ ਵਜਾ, ਤੁਹਾਨੂੰ ਪਤਾ ਹੀ ਹੈ, ਸਕੋਲਰਸ਼ਿਪ ਦਾ ਮਸਲਾ ਅਸੀਂ ਬੜੇ ਜ਼ੋਰ ਨਾਲ ਉਠਾਇਆ ਸੀ ਕਿ ਇਨਕੁਆਇਰੀ ਜਦੋਂ ਲਵਾਈ ਹੈ ਅਸੀਂ ਸੀਨੀਅਰ ਅਫਸਰ ਨੂੰ ਦਿੱਤੀ ਸੀ, ਪੰਜਾਬ ਸਰਕਾਰ ਨੇ ਬਹੁਤ ਕਸ਼ਟ ਵੀ ਮੰਨਿਆ, ਪਰ ਇਹ ਇਨਕੁਆਇਰੀ ਹੋਏਗੀ। ਔਰ ਦੇਖੋ ਉਹਦੇ 'ਚ ਇੰਨਾ ਗਲਤ ਹੋਇਆ, ਅਡੀਸ਼ਨਲ ਚੀਫ ਸੈਕਟਰੀ ਉਸੇ ਮਹਿਕਮੇ ਦਾ ਲਿਖ ਕੇ ਦਿੰਦਾ ਵੀ ਆਹ ਕੈਬਨਿਟ ਨੇ ਫੈਸਲਾ ਕੀਤਾ ਔਰ ਡਿਪਟੀ ਡਾਇਰੈਕਟਰ ਨੇ ਉਹਨੂੰ ਚੇਂਜ ਕਰ ਦਿੱਤਾ। ਉਹਨੇ ਕਿਹਾ ਵੀ ਇਹ ਫਾਈਲ ਇੱਥੇ ਜਾਣੀ ਆ, ਉਹ ਕੀ ਜਿਹਨਾਂ ਇੰਸਟੀਟਿਊਸ਼ਨਾਂ ਦੇ ਅਗੇਂਸਟ ਪੈਸੇ ਕੱਢੇ ਸੀ ਉਹ ਉਹਨਾਂ ਨੂੰ ਹੋਰ ਪੈਸੇ ਦੇ ਦਿੱਤੇ। ਸਿੱਧਾ ਸਿੱਧਾ ਬਹੁਤ ਵੱਡਾ ਘਪਲਾ ਕੀਤਾ ਹੈ, ਔਰ ਇੱਥੇ ਮੁੱਖ ਮੰਤਰੀ ਨੂੰ ਦਲੇਰੀ ਨਾਲ ਐਕਸ਼ਨ ਕਰਨਾ ਚਾਹੀਦਾ ਸੀ, ਸਗੋਂ ਉਹਨੂੰ ਬਚਾ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਾਰੀਆਂ ਹੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਦਮ ਤੇ ਉਹਨਾਂ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਝੂਠੇ ਹੀ ਪਰਚੇ ਦਰਜ ਕਰਵਾ ਰਹੀ ਹੈ। ਇਸ ਦੌਰਾਨ ਉਹਨਾਂ ਨਾਲ ਸਾਬਕਾ ਮੰਤਰੀ ਤਿਕਸ਼ਣ ਸੂਦ, ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਭਾਜਪਾ ਨੇਤਾ ਜਵਾਹਰ ਖੁਰਾਨਾ, ਸਤੀਸ਼ ਬਾਵਾ ਆਦਿ ਹਾਜ਼ਰ ਸਨ। ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ BJP ਹੈ, ਚਾਹੇ ਰੋਗਨ ਸਾਹਿਬ ਪਾਰਟੀ ਹੈ, ਜਾਂ ਹੋਰ ਪਾਰਟੀਆਂ ਨੇ, ਆਮ ਆਦਮੀ ਪਾਰਟੀ ਹੈ, ਸਾਰਿਆਂ ਨੇ ਇੱਥੇ ਬਹੁਤ ਰੋਸ ਧਰਨੇ ਵੀ ਕੀਤੇ ਆ, ਪਰ ਸਰਕਾਰ ਕਰਪਸ਼ਨ ਦੀ ਗੱਲ ਨੂੰ ਤਾਂ ਚੁੱਪ ਕਰਕੇ ਬਹਿ ਜਾਂਦੀ ਜੇ ਉਹਨੂੰ ਕੋਈ ਹੋਇਆ ਨਹੀਂ ਹੁੰਦਾ, ਔਰ ਉਲਟੇ ਦੂਜਿਆਂ 'ਤੇ ਡਾਂਗਾ ਮਾਰਨ ਜਿਹੜਾ ਕੋਈ ਵਿਰੋਧ ਬੋਲਦਾ ਉਹਦੇ ਡਾਂਗਾ ਜ਼ਰੂਰ ਮਾਰਦੇ ਨੇ। ਲੋਕਤੰਤਰ 'ਚ ਇਹੋ ਜਿਹਾ ਕੰਮ ਚੱਲ ਨਹੀਂ ਸਕਦਾ, ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।